श्रोमणी अकाली दल के वालों एक प्रचार के लिए पोस्टर बनाया गया सी, पर चोन कमिश्न के वालों उस पोस्टर नूं रिजेक्ट किया गया। किसी पोलीटिकल पार्टी नूं साडी गल ते इतराज है, उन्हें पूरा अधिकार है, असी रिस्पैक्ट करते हैं उन्होंने व्यू पॉइंट की, लोगों से रखन। जिंदा शहीद भाई बलवंत कितने इदा दे तन उन्हां दी पहचान है, उन्हां नूं जिंदा शहीद दा दर्जा दित्ता होया। कैदी भी एक ह्यूमन बीइंग है, अदालतां ने एक नहीं 50 जगह ते लिखा, उहदे भी फंडामेंटल राइट है। सिमरनजीत मान भी बंदी सिंह दी रिहाई दी गल करदे आ, अकाली दल भी यही रिहाई दी गल करदा, इह नहीं लगदा सी इकट्ठे होके चोण लड़नी चाहीदी सी? मान साहब नूं बेनती कीती सी कि तां 1.5 साल दी गल है, क्योंकि 22 इलेक्शन है, दोबारा 2024 च इलेक्शन आउणी आ, उदों तुसीं गल। 2014 ਦੇ ਵਿੱਚ ਬੀਬੀ ਕਮਲਦੀਪ ਨੇ ਲੋਕ ਸਭਾ ਚੋਣ ਲੜੀ ਸੀ ਆਜ਼ਾਦ ਉਮੀਦਵਾਰ ਵਜੋਂ, ਉਦੋਂ ਸ਼੍ਰੋਮਣੀ ਤੁਹਾਨੂੰ ਨਹੀਂ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਾਥ ਦੇਣਾ ਚਾਹੀਦਾ ਸੀ ਉਸ? ਉਹਨਾਂ ਦੇ ਜਾਣ ਕਰਕੇ ਜਿਹੜੀ ਹੈ ਕਿ ਫਾਂਸੀ ਜਿਹੜੀ ਹੈ ਉਸ ਵੇਲੇ ਰੁਕੀ ਸੀ। ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾ ਭਾਰ ਨੇ, ਹਰ ਇੱਕ ਪਾਰਟੀ ਨੇ ਕਮਰ ਕੱਸ ਲਈ ਹੈ ਅਤੇ ਸੰਗਰੂਰ ਫਤਿਹ ਕਰਨ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਪ੍ਰਚਾਰ ਦੇ ਲਈ ਪੋਸਟਰ ਬਣਾਇਆ ਗਿਆ ਸੀ, ਪਰ ਚੋਣ ਕਮਿਸ਼ਨ ਦੇ ਵੱਲੋਂ ਉਸ ਪੋਸਟਰ ਨੂੰ ਰਿਜੈਕਟ ਕੀਤਾ ਗਿਆ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਜੀ ਹੈਗੇ ਨੇ। ਚੀਮਾ ਸਾਹਿਬ, ਕੀ ਲੱਗਿਆ ਚੋਣ ਕਮਿਸ਼ਨ ਨੂੰ ਕਿ ਰਿਜੈਕਟ ਹੀ ਕਰ? ਦੇਖੋ, ਗੱਲ ਇਹ ਹੈ ਕਿ ਸਾਨੂੰ ਤਾਂ ਖੁਦ ਹੈਰਾਨੀ ਹੋਈ ਹੈ, ਕਿਉਂਕਿ ਪੋਸਟਰ ਤੁਹਾਡੇ ਸਾਹਮਣੇ, ਇਹਦਾ ਇਕੱਲਾ ਇਕੱਲਾ ਲਫ਼ਜ਼ ਪੜ੍ਹ ਲਓ, ਕਿਤੇ ਵੀ ਇੱਥੇ ਜਾਤ ਦਾ, ਧਰਮ ਦਾ, ਖਿੱਤੇ ਦਾ, ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ ਪਾਉਣ ਵਾਲੀ ਗੱਲ ਨਹੀਂ ਹੈ। ਸਿਰਫ ਤੇ ਸਿਰਫ ਅਸੀਂ ਇੱਕ ਜਿਹੜੇ ਬੰਦੀ ਸਿੰਘ ਵੀਰ ਹੈ ਉਹਨਾਂ ਦੀ ਜਿਹੜੇ ਹਿਊਮਨ ਰਾਈਟਸ ਦਾ ਮਸਲਾ, ਉਹਦੀ ਗੱਲ ਜਿਹੜੀ ਹੈ ਉਹ ਜਨਤਾ ਦੀ ਕਚਹਿਰੀ 'ਚ ਲੈ ਕੇ ਰੱਖੇ। ਜਨਤਾ ਡੈਮੋਕ੍ਰੇਸੀ ਦੇ ਵਿੱਚ ਸੁਪਰੀਮ ਹੈ, ਸੰਵਿਧਾਨ ਵੀ ਸਾਰੀ ਸ਼ਕਤੀ ਜਨਤਾ ਤੋਂ ਟਰੈਕ ਕਰਦਾ, ਪਬਲਿਕ ਤੋਂ ਟਰੈਕ ਕਰਦਾ। ਇਸ ਕਰਕੇ ਕਿਸੇ ਪੋਲੀਟੀਕਲ ਪਾਰਟੀ ਨੂੰ ਸਾਡੀ ਗੱਲ 'ਤੇ ਇਤਰਾਜ਼ ਹੈ, ਉਹਨੂੰ ਪੂਰਾ ਅਧਿਕਾਰ ਹੈ, ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੇ ਵਿਊ ਪੁਆਇੰਟ ਦੀ, ਉਹ ਲੋਕਾਂ 'ਚ ਰੱਖਣ, ਕਿਉਂਕਿ ਟਾਈਮ ਸਾਰਿਆਂ ਨੂੰ 21 ਤਰੀਕ ਤੱਕ ਸ਼ਾਮ 5 ਵਜੇ ਤੱਕ ਮਿਲਿਆ। ਉਹ ਜਿੰਨਾ ਮਰਜ਼ੀ ਰੌਲਾ ਸਾਡੇ ਖਿਲਾਫ਼ ਪਾਉਣ, ਅਸੀਂ ਆਪੇ ਪਬਲਿਕ ਦੇ ਵਿੱਚ ਉਹਨਾਂ ਦੀ ਗੱਲ ਦਾ ਜਵਾਬ ਦੇਵਾਂਗੇ। ਕਮਿਸ਼ਨ ਨੂੰ ਇਸ ਚੀਜ਼ ਨੂੰ ਮੈਰਿਟ 'ਤੇ ਦੇਖਣਾ ਚਾਹੀਦਾ, ਅਸੀਂ ਜੇ ਸਾਨੂੰ ਬੁਲਾ ਲੈਂਦੇ ਤਾਂ ਸ਼ਾਇਦ ਡਿਸਕਸ਼ਨ ਹੁੰਦੀ, ਤਾਂ ਮੇਰੇ ਖਿਆਲ ਇਸ ਤਰ੍ਹਾਂ ਨਾ ਹੁੰਦਾ। ਉਹਨਾਂ ਨੇ ਸਾਡੀ ਗੱਲ ਨੂੰ ਐਪਰੀਸ਼ੀਏਟ ਨਹੀਂ ਕਰ ਪਾਏ ਪ੍ਰੋਪਰਲੀ, ਕਈ ਵਾਰੀ ਹੋ ਜਾਂਦਾ। ਇਸ ਕਰਕੇ ਅਸੀਂ ਹੁਣ ਆਪਣਾ ਵਿਊ ਪੁਆਇੰਟ ਦੁਬਾਰਾ ਡਿਟੇਲ ਦੇ ਵਿੱਚ ਉਹਨਾਂ ਨੂੰ ਲਿਖ ਕੇ ਭੇਜਾਂਗੇ ਕਿ ਅਸੀਂ ਹਿਊਮਨ ਰਾਈਟਸ ਦੀ ਲੜਾਈ ਲੜ ਰਹੇ ਹਾਂ, ਉਹਨਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਜਿਹੜੇ 30-30 32-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਆ, ਆਪਣੀ ਕੈਦ ਨਾਲੋਂ 2.5 ਗੁਣਾ ਵੱਧ ਕੈਦਾਂ ਭੁਗਤ ਚੁੱਕੇ ਆ। ਇਸ ਕਰਕੇ ਅਸੀਂ ਜੇ ਉਹਨਾਂ ਨੂੰ ਹਜੇ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਜਨਤਾ ਦੀ ਕਚਹਿਰੀ ਦੇ ਵਿੱਚ ਉਹਨਾਂ ਦਾ ਕੇਸ ਰੱਖ ਰਹੇ। ਚੋਣ ਕਮਿਸ਼ਨ ਕਿਉਂ ਐਵੇਂ ਕਰ ਰਹੀ? ਕੋਈ ਇਹ ਤਾਂ ਨਹੀਂ ਹੈਗਾ ਵੀ ਇੱਕ ਵੱਖਰੇ ਧਰਮ ਦੀ ਗੱਲ ਕੀਤੀ ਗਈ ਹੈ ਇਸ ਪੋਸਟਰ ਦੇ ਵਿੱਚ ਕੈਦਾਂ ਦੀ? ਕਿਸੇ ਦੀ ਨਹੀਂ ਗੱਲ ਕੀਤੀ। ਦੇਖੋ, ਆਹ ਮੈਂ ਤੁਹਾਨੂੰ ਪੜ੍ਹ ਦਿੰਦਾ, ਹਲਕਾ ਸੰਗਰੂਰ ਦੇ ਵੋਟਰਾਂ ਨੂੰ ਬੰਦੀ ਵੀਰਾਂ ਦੀ ਰਿਹਾਈ ਲਈ ਅਪੀਲ। ਹੁਣ ਦੱਸੋ ਕਿਹਨੂੰ ਕਿ ਕਿੱਥੇ ਡਿਸਕ੍ਰਿਮੀਨੇਸ਼ਨ? ਵੋਟਰ ਸਾਰੇ ਧਰਮਾਂ ਦੇ ਆ, ਬੰਦੀ ਵੀਰ ਕੋਈ ਵੀ ਹੋ ਸਕਦਾ। ਕੋਈ ਇੱਕ ਵੀ ਲਾਈਨ ਦੱਸੋ ਨਾ ਜਿੱਥੇ ਜਿੰਦਾ ਸ਼ਹੀਦ ਭਾਈ ਬਲਵੰਤ ਕਿਤੇ ਇੱਦਾਂ ਦਿੱਤਾ? ਉਹਨਾਂ ਦੀ ਪਹਿਚਾਣ ਹੈ, ਉਹਨਾਂ ਨੂੰ ਜਿੰਦਾ ਸ਼ਹੀਦ ਦਾ ਦਰਜਾ ਦਿੱਤਾ ਹੋਇਆ, ਇਹ ਤਾਂ ਕੌਮਾਂ ਨੇ ਦਰਜੇ ਦਿੱਤੇ ਹੋਏ ਆ, ਇਹਦੇ 'ਚ ਕੋਈ ਸਾਡੇ ਨਹੀਂ। ਜੋ ਕਿਸੇ ਦੀ ਪਹਿਚਾਣ ਹੈ, ਇਹ ਕਿਤੇ ਵੀ ਨਹੀਂ ਹੁੰਦਾ ਕਿ ਤੁਸੀਂ ਕੈਦੀ ਦੀ ਫੋਟੋ ਨਹੀਂ ਲਾ ਸਕਦੇ। ਕੈਦੀ ਵੀ ਇੱਕ ਹਿਊਮਨ ਬੀਇੰਗ ਹੈ, ਅਦਾਲਤਾਂ ਨੇ ਇੱਕ ਨਹੀਂ 50 ਜਗ੍ਹਾ 'ਤੇ ਲਿਖਿਆ, ਉਹਦੇ ਵੀ ਫੰਡਾਮੈਂਟਲ ਰਾਈਟ ਆ। ਕੈਦੀਆਂ ਨੂੰ ਕੈਦੀ ਹੁੰਦੇ ਹੋਏ ਵੀ ਆਪਣੀ ਬਾਇਓਗ੍ਰਾਫੀਆਂ ਛਾਪਣ ਦੀ ਇਜਾਜ਼ਤ ਹੁੰਦੀ ਹੈ, ਕਿ ਉਹ ਆਪਣਾ ਵਿਊ ਪੁਆਇੰਟ ਲਿਖ ਸਕਦਾ, ਛਪਵਾ ਸਕਦਾ। ਇਸ ਕਰਕੇ ਇਹ ਕਿੱਥੋਂ ਆ ਗਿਆ ਕਿ ਤੁਸੀਂ ਕੈਦੀ ਦੀ, ਉਹਦਾ ਉਹਦੀ ਭੈਣ ਇਲੈਕਸ਼ਨ ਲੜ ਰਹੀ ਹੈ, ਭੈਣ ਆਪਣੇ ਭਰਾ ਦੀ ਫੋਟੋ ਲਾ ਰਹੀ ਭਾਵੇਂ ਉਹ ਜੇਲ੍ਹ 'ਚ ਹੈ, ਅਤੇ ਉਹਦੇ 'ਚ ਕੀ ਗਲਤ ਹੋ ਗਿਆ? ਮੈਂ ਆਪਣੀ ਜ਼ਿੰਦਗੀ 'ਚ ਬਹੁਤ ਵਾਰੀ ਲੀਡਰਾਂ ਦੀਆਂ ਜੇਲ੍ਹ ਦੀਆਂ ਫੋਟੋ ਲੱਗੀਆਂ ਪੋਸਟਰਾਂ 'ਤੇ ਦੇਖੀਆਂ। ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਜੇਲ੍ਹ 'ਚ ਸੀਗੇ ਜਦੋਂ 1999 'ਚ ਇਹਨਾਂ ਨੂੰ ਜਿਤਾਇਆ ਗਿਆ। ਭਾਈ ਤਿੰਦਰਪਾਲ ਸਿੰਘ ਜੀ ਪਟਿਆਲਾ ਤੋਂ ਉਦੋਂ ਜੇਲ੍ਹ 'ਚ ਸੀਗੇ ਜਦੋਂ ਇਹਨਾਂ ਦੀ ਇਲੈਕਸ਼ਨ ਲੜੀ ਗਈ। ਅਤੇ ਜਦੋਂ ਜਿਹੜੀ ਹੈਗੀ ਹੈ ਇਹ ਇਸ ਤਰ੍ਹਾਂ ਦੀ ਬੰਦੇ ਦੀ ਸਥਿਤੀ ਹੁੰਦੀ ਹੈ, ਜੇਲ੍ਹਾਂ ਦੀਆਂ ਫੋਟੋ ਵੀ ਲੱਗਦੀ। ਇਸ ਕਰਕੇ ਮੈਂ ਸਮਝਦਾ ਇਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੀਦਾ। ਡੈਮੋਕ੍ਰੇਸੀ 'ਚ ਥੋੜ੍ਹੀ ਜਿਹੀ ਫਰਾਕ ਦੇ ਲਈ ਹੋਣੀ ਚਾਹੀਦੀ, ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ। ਅਸੀਂ ਆਪਣੀ ਗੱਲ ਜਨਤਾ 'ਚ ਰੱਖ ਰਹੇ ਹਾਂ, ਜਨਤਾ ਨੇ ਫੈਸਲਾ ਕਰਨਾ। ਜੇ ਜਨਤਾ ਨੂੰ ਸਾਡੀ ਗੱਲ ਨਹੀਂ ਚੰਗੀ ਲੱਗੇਗੀ, ਜਨਤਾ ਨਹੀਂ ਸਪੋਰਟ ਕਰੇਗੀ। ਚੋਣ ਕਮਿਸ਼ਨ ਨਾਲ ਤੁਹਾਡੀ ਕੀ ਗੱਲ ਹੋਈ ਕਮੇਟੀ? ਅਸੀਂ ਅੱਜ ਲਿਖ ਕੇ ਭੇਜਾਂਗੇ, ਸਾਡੇ ਕੋਲ ਕੱਲ੍ਹ ਆਇਆ ਸੀ, ਅੱਜ ਅਸੀਂ ਵਿਸਤਾਰ ਸਹਿਤ ਆਪਣਾ ਵਿਊ ਪੁਆਇੰਟ ਲਿਖ ਕੇ ਭੇਜਾਂਗੇ। ਸਾਨੂੰ ਉਮੀਦ ਹੈ ਕਿ ਰੀਕਨਸਿਡਰ ਹੋਏਗਾ, ਕੋਈ ਗੱਲ ਨਹੀਂ। ਤਾਂ ਉਹਨਾਂ ਨੇ ਓਬਜੈਕਸ਼ਨ ਲਾਇਆ, ਉਹਨਾਂ ਦਾ ਰਾਈਟ ਹੈ, ਅਸੀਂ ਆਪਣਾ ਵਿਊ ਪੁਆਇੰਟ ਦੇਵਾਂਗੇ।
उम्मीद है कि मन लगे। सर सिमरनजीत मानवी बंदी सिंह की रिहाई की गल करते हैं, अकाली दल भी यही रिहाई की गल करता, यह नहीं लगता इकट्ठे होकर चोन लड़नी चाहिए सी? नहीं, ये कोशिश भी हुई है, साडे प्रधान साहब उन्होंने को चल के गए, साडे लीडर साहबान नाल गए जिहड़ी है, लेकिन सारिया जथेबंदियां ने रल के फैसला किया कि बीबी कमलदीप कौर, क्योंकि वह भी शहीदां दा परिवार, उन्हां दी भैण नूं भी जिहड़ी हैगी आ उस वेले पुलिस ने मार दिता सी, उहदे भरा नूं भी गोली मार के मार दिता सी, इस करके बहुत वड्डी उस परिवार की कुरबानी है, और राजोणा साहब दी भैण, इस करके सारे की राय सी कि उहनूं फील्ड किया जाए, जो सांझी राय किसी के उत्ते बनती है तो असी मान साहब नूं बेनती की सी कि डेढ़ साल की गल, क्योंकि बाई इलैक्शन है, दोबारा 2024 इलैक्शन आनी है उदो तुसीं लड़ लो, पर उन्होंने नहीं सहमति दिती, चलो उन्होंने मन है, असं हाले भी कोशिश कर रहे हैं कि वो साढ़े नाल सहमत। 2014 के बीबी कमलदीप ने लोकसभा चोन लड़ी सी आजाद उम्मीदवार वजो, उदो श्रोमणी तो नहीं लगता श्रोमणी अकाली दल नूं साथ देना चाहिए? सो देखो असी जी 2012 के फंसी हुई सी, बड़ा वड्डा उस वेले जिम्मेवारी अपनी निभाई सी, सरदार प्रकाश सिंह बादल आप बतौर मुख्यमंत्री, सरदार सुखबीर सिंह बादल बतौर गृह मंत्री, उस वेले देश के प्रधानमंत्री को भी और राष्ट्रपति को भी गए सी, और उन्होंने जान करके जी है फांसी जी है उस वेले रुकी सी, असी उदो उस फोरम पर बतौर गवर्नमेंट अपना जी जो साड़ी लड़ाई सी उस फोरम पर लड़ रहे थे, इस करके हुण उस तो भी बाद 10 साल का समा हो गया, हुण पिछे अकाल तख्त साहब की एक आदेश आया कि सारे इकट्ठे होकर लड़ाई लड़नी चाहिए है, उहदे विचों फिर सांझे कैंडीडेट की गल निकली, असी उहदे ते सहमति दित्ती। संगरूर चोण नूं लैके अकाली दल दी की तैयारी? देखो असी तां तैयार हां, पर साढ़े पोस्टर ही नहीं, हुण जे इलैक्शन कमीशन जिहड़ा कानूनी पक्ष तों वी तुसीं इहदी लड़ाई लड़ोगे? नहीं, असीं पहलां कमीशन नूं दुबारा लिख के भेजांगे रिव्यू वास्ते, साडा अपना अधिकार बनता कि असीं उहनां नूं बेनती करिए, असीं पहलां कमीशन नूं लिख के भेजांगे, सानूं तां उम्मीद है कि उह मन जाणगे, ठीक है, बाकी जो उन्हों का व्यू होएगा फिर वो अकॉर्डिंगली असी पार्टी अगला फैसला लवेंगे कि देश का जो कमीशन है वो को जाना चक्की किया जाए, साडा तो यह है कि कमीशन न्यूट्रल रहना चाहिए, ये पोलीटल पार्टियां दूजिया हक है वो रेज कर लेने इशू, होर इलैक्शन होंगी कहते वास्ते है कि जनता च असी भी जाना, जनता तुम्हें भी जाना, असी यही गल करा वो साढ़े खिलाफ इस गल का काउंटर कर लें, जनता ने फैसला करना जनता कर देगी। चोणों च मुकाबला किस तरह बन? देखो ये तो हुण हाले शुरुआत हुई है इलैक्शन, सरकार नूं तां अपनी गल्लां दा जवाब देना ही पैना, सब तो वड्डी गल तो है कांग्रेस भी पिछले 5 साल रही है, उन्होंने भी हाले लोगों नूं याद है सारा काम, उन्होंने भी जवाब देना पैना, इस करके हाले लड़ाई शुरू हुई है, सानूं आस है कि बड़ा वड्डा समर्थन पब्लिक का मिल रहा और साडा उम्मीदवार जीतू रहेगा। तो ये सन जी दलजीत चीमा, तो संगरूर जिमनी चोणों नूं लैके तैयारियां कीतियां गईयां ने, ते पोस्टर ते इन्हां दे उत्ते किते ना किते चोण कमीशन दे वल्लों इतराज़ जिहड़ा जाहर किया गया, हालांकि दलजीत चीमा कह रहे हैं कि चोण कमीशन दे नाल साडी गल्लबात जिहड़ी है चल रही है, ते नाल वड्डी गल कह रहे हैं कि संगरूर जिमनी चोण अकाली दल जिहड़ा जरूर जितेगा। फिलहाल कैमरामैन पंकज दे नाल कमलदीप कौर, चंडीगढ़।